Brilliant. Brilliant. I would say absolutely brilliant. Absolutely, absolutely Bus. Brilliant. ਆਪਾਂ ਅੱਜ ਦੇਖ ਕੇ ਆਏ ਨੇ ਜੀ ਮਰਦਾਨੀ 2 ਪਲੌਟ ਐਪੀਚਰ ਦਾ ਕਰੰਟ ਸਿਚੁਏਸ਼ਨ ਜੋ ਕਿ ਚੱਲ ਰਹੀ ਹੈ ਸਾਡੇ ਦੇਸ਼ ਤੇ ਉੱਤੇ ਬਿਕੋਜ਼ ਇਟਸ ਅ ਸਸਪੈਂਸ ਥ੍ਰਿਲਰ ਐਕਸ਼ਨ ਬਹੁਤ ਹੀ ਅਮੇਜ਼ਿੰਗ ਐਕਟਿੰਗ ਐਂਡ ਇਟ ਰਿਵੋਲਵਸ ਅਰਾਊਂਡ ਰਾਨੀ ਮੁਖਰਜੀ ਹੂ ਸ਼ਿਵਾਨੀ ਸ਼ਿਵਾਜੀ ਰੋਏ ਜੋ ਕਿ ਇੱਕ ਸਾਈਕਿਕ ਰੇਪਿਸਟ ਨੂੰ ਫੜਨ ਵਾਸਤੇ ਬਹੁਤ ਕੁਝ ਕਰਦੇ ਆ ਪਿਕਚਰ 'ਚ ਬਹੁਤ ਕੁਝ ਹੈ ਕ੍ਰਾਈਮ ਪੈਟਰੋਲ ਦਾ ਐਕਸਟੈਂਡਡ ਵਰਜ਼ਨ ਲੱਗ ਰਿਹਾ ਸੀ ਮੈਨੂੰ ਤਾਂ ਲੱਗ ਰਿਹਾ ਸੀ ਕਿ 1.5 ਘੰਟਾ ਮੈਂ ਬਹਿ ਕੇ ਕ੍ਰਾਈਮ ਪੈਟਰੋਲ ਦਾ ਐਪੀਸੋਡ ਦੇਖਦੀ ਪਈ ਹਾਂ ਪਰ ਵਿਦ ਅ ਵੈਰੀ ਗੁੱਡ ਬਜਟ ਮੈਂ ਕਹਿ ਰਿਹਾ ਯਾਰ ਮੂਵੀ 'ਚ ਨਾ ਸਕਰੀਨ 'ਤੇ ਜਦੋਂ ਵਿਲਨ ਆ ਰਿਹਾ ਸੀ ਨਾ ਸੱਚੀ ਮਨ ਕਰ ਰਿਹਾ ਸੀ ਉਹਦੀ ਗਿੱਚੀ ਫੜ ਲੈਣ ਜਾ ਕੇ ਸਿੱਧਾ ਉਹਦਾ ਗਲਾ ਦਬਾ ਦਾ ਮੈਂ ਕਹਿ ਰਿਹਾ ਇੰਨਾ ਜ਼ਿਆਦਾ ਗੁੱਸਾ ਆ ਰਿਹਾ ਸੀ ਮੇਰੇ ਅੰਦਰ ਕਿਸੇ ਟਾਈਮ 'ਤੇ ਰਾਨੀ ਮੁਖਰਜੀ ਆ ਰਹੀ ਸੀ ਲੇਕਿਨ ਮੈਂ ਕਹਿ ਰਿਹਾ ਸੀ ਨਹੀਂ ਸ਼ਿਵੀ ਸਾਂਭ ਲੈ ਆਪ ਨੂੰ ਤਾਂ ਜਿਹੜੇ ਵੀ ਇੰਨੇ ਗੰਦੇ ਬੰਦੇ ਨੇ ਉਹਨਾਂ ਨੂੰ ਮੈਂ ਕਹਿ ਰਿਹਾ ਸੱਚੀ ਜੇ ਮੈਨੂੰ ਲੱਭ ਗਏ ਨਾ ਤੁਸੀਂ ਕਿਤੇ ਵੀ ਪਾਸੇ ਛੱਡਣੇ ਨਹੀਂ ਮੈਂ ਕਿਤੇ ਵੀ ਪਿਕਚਰ ਦਾ ਪਹਿਲਾ ਹਾਫ ਕਾਫੀ ਜ਼ਿਆਦਾ ਇੰਟਰਸਟਿੰਗ ਹੈ ਜਦਕਿ ਸੈਕਿੰਡ ਹਾਫ ਡਰੈਗ ਹੈ ਜਦੋਂ ਲਿਟਰਲੀ ਮੈਂ ਇੰਟਰਮਿਸ਼ਨ ਸਾਹਮਣੇ ਲਿਖਿਆ ਹੋਇਆ ਦੇਖਿਆ ਨਾ ਫਿਰ ਮੈਨੂੰ ਆਇਆ ਹਾਂ ਹੁਣ ਮੈਂ ਸਾਲ ਲੈ ਸਕਦੀ ਹਾਂ ਸ਼ਿਵੀ ਨਾਲੇ ਇੰਟਰਮਿਸ਼ਨ ਨਾ ਟਾਈਮ ਕਿੰਨਾ ਲੱਗਿਆ ਸੀ ਪ੍ਰਬਲੀ 40 ਮਿੰਟਾਂ 'ਚ ਮੇਰੇ ਹਿਸਾਬ ਨਾਲ ਇੰਟਰਮਿਸ਼ਨ ਹੋ ਗਿਆ ਨਾ ਸਾਰਾ ਨਹੀਂ ਪਤਾ ਸੀ ਲੇਕਿਨ ਉਹ 40 ਮਿੰਟ ਨਹੀਂ ਲੱਗ ਰਹੇ ਸੀ ਮੈਨੂੰ ਲੱਗ ਰਹੀ ਸੀ ਸਾਲ ਹੋ ਗਏ ਨੇ ਤੇ ਬਸ ਘਬਰਾ ਜੇ ਗਏ ਸੀ ਇਦਾਂ ਦੀ ਹੋ ਗਈ ਸੀ ਮੇਰੀ ਬਾਡੀ ਤਾਂ ਬਿਲਕੁਲ ਹੀ ਹੁਣ ਗੱਲ ਕਰਦੇ ਹਾਂ ਕਾਸਟ ਦੀ ਰਾਨੀ ਮੁਖਰਜੀ ਸੁਪਰਬ ਐਕਟਿੰਗ ਉਹਦੇ ਇਲਾਵਾ ਜਿਹੜੇ ਉਹਨਾਂ ਦੇ ਨਾਲ ਲੀਡ ਵਿਲਨ ਸੀ ਵਿਸ਼ਾਲ ਨਹੀਂ ਪੂਰਾ ਨਾਂ ਨਹੀਂ ਲੈਣਾ ਨਾ 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 ਪੂਰਾ ਨਾਂ ਨਹੀਂ ਲੈਣਾ ਵਿਸ਼ਾਲ ਬਥੇਰਾ ਹੈਗਾ ਬਿਕਾਜ਼ ਜੇ ਦਿੱਲੀ ਦੀ ਜਨਤਾ ਨੂੰ ਉਹਦਾ ਨਾਂ ਪਤਾ ਲੱਗ ਗਿਆ ਉਹਨੂੰ ਕਿਤੇ ਪੜ ਲਿਆ ਕੱਟ ਦੇਣਾ ਉਹਨੂੰ ਇਹ ਮੁੰਬਈ ਨਹੀਂ ਹੈਗਾ ਮੁੰਬਈ ਵਾਲੇ ਲੋਕੀ ਨਾ ਐਕਟਿੰਗ ਸਮਝਦੇ ਨੇ ਇੱਥੇ ਦੇ ਲੋਕੀ ਇਮੋਸ਼ਨਲ ਹੁੰਦੇ ਨੇ ਮੁੰਬਈ ਮੁੰਬਈ ਨਾ ਘਰ ਵਾਲੇ ਤੈਨੂੰ ਪੈ ਕੇ ਤੈਨੂੰ ਪੱਟੇ ਚੜਾ ਦੇਣੇ ਨਹੀਂ ਦੇਖੋ ਮੁੰਬਈ ਵਾਲੇ ਐਕਟਿੰਗ ਸਮਝਦੇ ਨੇ ਮੈਂ ਇਮੋਸ਼ਨਲ ਹਾਂ ਤੇ ਪਿਕਚਰ 'ਚ ਵਿਸ਼ਾਲ ਜੇਟਵਾ ਦੀ ਐਕਟਿੰਗ ਵੀ ਬਹੁਤ ਹੀ ਜ਼ਿਆਦਾ ਅਮੇਜ਼ਿੰਗ ਹੈ ਆਈ ਐਮ ਅ ਬਿਗ ਫੈਨ ਆਫ ਦੈਟ ਗਾਇ ਨਾਓ ਟਾਕਿੰਗ ਅਬਾਊਟ ਆਪਣਾ ਓਵਰਆਲ ਐਕਸਪੀਰੀਅੰਸ ਯੈਸ ਓਵਰਆਲ ਐਕਸਪੀਰੀਅੰਸ ਮਾਈਨ ਇਜ਼ ਵੈਰੀ ਗੁੱਡ ਆਈ ਲਾਈਕ ਦ ਮੂਵੀ ਦੋ ਇਟ ਵਾਸ ਡਰੈਗਡ ਇਨ ਦੀ ਐਂਡ ਪਰ ਬਥੇਰੀਆਂ ਬੈਲਟਾਂ ਪੈਣੀ ਚਾਹੀਦੀਆਂ ਸੀ ਹੋਰ ਵੀ ਲੱਗ ਰਹੀ ਹੈ ਪ੍ਰਬਲੀ ਲੱਗ ਰਹੀ ਹਾਂ ਪਲੀਜ਼ ਤੋੜਿਓ ਨਾ ਕੁਝ ਵੀ ਤਾਂ ਮੈਨੂੰ ਨਾ ਆਪਣਾ ਬਚਪਨ ਯਾਦ ਆ ਗਿਆ ਮੇਰੇ ਨਾ ਜਦੋਂ ਮੇਰੇ ਮੈਥ ਬਹੁਤ ਬਕਵਾਸ ਸੀਗੀ ਮੈਥ 'ਚ ਨਾ ਜਦੋਂ ਡੈਡੀ ਮੈਨੂੰ ਨਾਲ ਬਿਠਾਉਂਦੇ ਹੁੰਦੇ ਸੀ ਪਹਿਲਾਂ ਤਾਂ ਮੈਂ ਕੰਬਦਾ ਹੋਇਆ ਅੰਦਰ ਜਾਂਦਾ ਸੀ ਉਹ ਤੋਂ ਬਾਅਦ ਫਿਰ ਛੱਡੋ ਕਰਾਂਗੇ ਗੱਲਾਂ ਫਿਰ ਮੈਂ ਕੰਬਣ ਲੱਗ ਗਿਆ ਤਾਂ ਜੀ ਜੇ ਕਦੇ ਤੁਹਾਡੇ ਵੀ ਬੈਲਟਾਂ ਪਈਆਂ ਨੇ ਚੱਕੂ ਰਿਵਿਊ ਬਾਏ ਬਾਏ ਬਾਏ।